ਪਟਿਆਲਾ ਦੇ ਨਵੇਂ ਬਣੇ ਬੱਸ ਸਟੈਂਡ ਦੇ ਵਿੱਚ ਗੋਲੀਆਂ ਚਲਾਉਣ ਵਾਲੇ ਆਖਿਰਕਾਰ ਗ੍ਰਿਫਤਾਰ ਕਰ ਲਏ ਗਏ ਨੇ ਔਰ ਗੈਂਗਸਟਰ ਅਰਸ਼ ਡੱਲਾ ਦੇ ਨਾਲ ਸ਼ਮੂਲੀਅਤ ਦੱਸੀ ਜਾ ਰਹੀ ਹੈ। ਹੈਰਾਨੀ ਦੀ ਗੱਲ ਹੈ, ਤਿੰਨ ਗ੍ਰਿਫਤਾਰ ਹੋਏ ਨੇ, ਤਿੰਨ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਔਰ ਇਹਨਾਂ ਦੀ ਸ਼ਮੂਲੀਅਤ ਨਾਮੀ ਗੈਂਗਸਟਰ ਨਾਲ ਦੱਸ ਦਿੱਤੀ ਗਈ ਹੈ। ਨਾਮੀ ਗੈਂਗਸਟਰ ਦੇ ਨਾਲ ਜੁੜੇ ਹੋਏ ਸੀ, ਇਹਨਾਂ ਦੇ ਵਿੱਚੋਂ ਦੋ ਮਾਨਸਾ ਅਤੇ ਇੱਕ ਸੰਗਰੂਰ ਦਾ ਰਹਿਣ ਵਾਲਾ ਸੀ। ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਔਰ ਇਹਨਾਂ ਦੇ ਦੋ ਸਾਥੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨਾਂ ਦੇ ਕੋਲੋਂ ਦੋ ਪਿਸਤੌਲਾਂ ਬਰਾਮਦ ਕੀਤੀਆਂ ਗਈਆਂ ਨੇ ਅਜੇ ਤੱਕ। ਤੁਹਾਨੂੰ ਦੱਸ ਦਈਏ ਕਿ ਪਟਿਆਲੇ ਦੇ ਨਵੇਂ ਬੱਸ ਸਟੈਂਡ ਦੇ ਵਿੱਚ ਗੋਲੀਆਂ ਚੱਲੀਆਂ ਸੀ, ਲੋਕਾਂ ਦੇ ਵਿੱਚ ਹਾਹਾਕਾਰ ਮੱਚ ਗਈ ਸੀ, ਲੋਕਾਂ ਨੇ ਇੱਥੋਂ ਤੱਕ ਬਿਆਨ ਦਿੱਤੇ ਸੀ ਕਿ ਪਟਿਆਲੇ ਦੇ ਇਸ ਬੱਸ ਸਟੈਂਡ ਦੇ ਅੰਦਰ ਅੰਨੇਵਾਹ ਗੋਲੀਆਂ ਚੱਲੀਆਂ ਨੇ, ਅੰਨੇਵਾਹ ਫਾਇਰਿੰਗ ਕੀਤੀ ਗਈ ਹੈ। ਪੁਲਿਸ ਨੂੰ ਉੱਥੇ ਬਲੱਡ ਸਟੇਨਸ ਯਾਨੀ ਕਿ ਖੂਨ ਦੇ ਧੱਬੇ ਵੀ ਮਿਲੇ ਸੀ। ਲੋਕਾਂ ਨੇ ਵੀ ਇਹ ਦਾਅਵਾ ਕੀਤਾ ਕਿ ਅੰਦਰ ਖੂਨ ਦੇ ਧੱਬੇ ਮਿਲੇ ਸੀ ਔਰ ਇਸੇ ਦੇ ਚੱਲਦੇ ਉਸ ਵੇਲੇ ਵੀ ਇੱਕ ਵਿਅਕਤੀ ਹਿਰਾਸਤ ਵਿੱਚ ਲਿਆ ਸੀ, ਪਰ ਹੁਣ ਤਿੰਨ ਵਿਅਕਤੀ ਗ੍ਰਿਫਤਾਰ ਕਰ ਲਏ ਨੇ ਅਤੇ ਦੋ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਫੌਰੀ ਤੌਰ ਦੇ ਉੱਤੇ ਐਕਸ਼ਨ ਕੀਤਾ ਗਿਆ, ਲਗਾਤਾਰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਰਹਿੰਦੇ ਦੋ ਨੇ ਉਹਨਾਂ ਨੂੰ ਵੀ, ਔਰ ਮੁਸ਼ਕਤ ਦੇ ਨਾਲ ਗ੍ਰਿਫਤਾਰ ਆਖਿਰ ਤਿੰਨ ਮੁਲਜ਼ਮ ਕਰ ਲਏ ਗਏ ਨੇ। ਇਹਨਾਂ ਦੇ ਵਿੱਚ ਬਲਜਿੰਦਰ ਸਿੰਘ ਬੱਲੀ ਅਤੇ ਸਰਬਜੀਤ ਸਿੰਘ ਸਰਬੀ ਇਹ ਦੋਵੇਂ ਮਾਨਸਾ ਤੋਂ ਤਾਲੁਕ ਰੱਖਦੇ ਨੇ ਅਤੇ ਜਗਜੀਤ ਸਿੰਘ ਵਿੱਕੀ ਇੱਕ ਇਹੋ ਜਿਹਾ ਵਿਅਕਤੀ ਜਿਹੜਾ ਸੰਗਰੂਰ ਤੋਂ ਤਾਲੁਕ ਰੱਖਦਾ ਆ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਦੋ ਹੋਰ ਸਾਥੀ ਨੇ ਜਿਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਮੀ ਗੈਂਗਸਟਰ ਨਾਲ ਨਾਮ ਜੋੜ ਦਿੱਤੇ ਗਏ ਨੇ ਔਰ ਇਸ ਬਾਰੇ ਸਪੈਸ਼ਲ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ। ਪਟਿਆਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਸੀ, ਆਓ ਸੁਣ ਲੈਂਦੇ ਹਾਂ। ਮਾਨਯੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ ਹੇਠ ਪਟਿਆਲਾ ਪੁਲਿਸ ਲਗਾਤਾਰ ਸਮਾਜ ਵਿਰੋਧੀ ਅਤੇ ਕ੍ਰਿਮੀਨਲ ਅਨਸਰਾਂ ਦੇ ਖਿਲਾਫ ਬੜੀ ਸਰਗਰਮੀ ਨਾਲ ਕਾਰਵਾਈ ਕਰਦੀ ਹੈ। ਪਰਸੋਂ ਦੋ ਦਿਨ ਪਹਿਲਾਂ ਬੀਤੇ ਦਿਨੀ 6 ਨੰਬਰ ਮੁਕੱਦਮਾ ਦਰਜ ਹੋਇਆ, ਪਰਸੋਂ ਦੀ ਗੱਲ ਹੈ 9 ਤਰੀਕ ਦੀ, ਜਿੱਥੇ ਨਵੇਂ ਬੱਸ ਸਟੈਂਡ ਅਰਬਨ ਇਸਟੇਟ ਪਟਿਆਲਾ 'ਚ ਨੌਜਵਾਨਾਂ ਦੇ ਇੱਕ ਝੁੰਡ ਨੇ ਹਵਾਈ ਫਾਇਰ ਕੀਤੇ ਅਤੇ ਬੰਦਿਆਂ ਨੂੰ ਸੱਟਾਂ ਮਾਰ ਕੇ ਸਹਿਮ ਦਾ ਅਤੇ ਦਹਿਸ਼ਤ ਦਾ ਮਾਹੌਲ ਕ੍ਰੀਏਟ ਕੀਤਾ। 48 ਘੰਟਿਆਂ ਦੇ ਅੰਦਰ ਪਟਿਆਲਾ ਪੁਲਿਸ ਨੇ SP ਡੀ ਹਰਬੀਰ ਅਟਵਾਲ, DSP ਡੀ ਸੁਖਮਰਤ ਰੰਧਾਵਾ, DSP ਸਿਟੀ 2 ਜਸਵਿੰਦਰ ਸਿੰਘ ਟਿਵਾਣਾ, ਇੰਚਾਰਜ CIA ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ SHO ਅਰਬਨ ਇਸਟੇਟ ਅਮਨ ਬਰਾੜ, ਇਹ ਸਾਰੇ ਅਫਸਰ ਸਣੇ ਆਪਣੀ ਟੀਮਾਂ ਮੌਕੇ 'ਤੇ ਪਹੁੰਚੇ ਜਦੋਂ ਵਾਰਦਾਤ ਹੋਈ ਅਤੇ 48 ਘੰਟਿਆਂ ਦੇ ਅੰਦਰ ਪਟਿਆਲਾ ਪੁਲਿਸ ਨੇ ਸਾਰੇ ਦੋਸ਼ੀ ਆਈਡੈਂਟੀਫਾਈ ਕਰ ਲਏ ਅਤੇ 5 ਦੋਸ਼ੀਆਂ ਤੋਂ 3 ਦੋਸ਼ੀ ਅਰੈਸਟ ਕਰਕੇ ਉਹਨਾਂ ਤੋਂ 2 ਵੈਪਨ ਵੀ ਰਿਕਵਰ ਹੋ ਗਏ। ਮੈਂ ਇਹਨਾਂ 'ਚੋਂ ਇੱਕ ਦੋਸ਼ੀ ਬੱਲੀ ਜਿਹੜਾ ਮਾਨਸਾ ਜੋਗੇ ਥਾਣੇ ਦਾ ਰਹਿਣ ਵਾਲਾ, ਦੂਜਾ ਦੋਸ਼ੀ ਸਰਬੀ ਜਿਹੜਾ ਮਾਨਸੇ ਜ਼ਿਲ੍ਹੇ ਦਾ ਰਹਿਣ ਵਾਲਾ ਅਤੇ ਤੀਜਾ ਵਿੱਕੀ ਸੁਨਾਮ ਦਾ ਰਹਿਣ ਵਾਲਾ ਹੈ। ਬੜੀ ਫੌਰੀ ਅਤੇ ਸਖ਼ਤ ਕਾਰਵਾਈ ਕਰਦੇ ਜਿਨ੍ਹਾਂ ਦੋਸ਼ੀਆਂ ਨੇ ਬੱਸ ਸਟੈਂਡ 'ਤੇ ਗੋਲੀਆਂ ਚਲਾ ਕੇ ਸਹਿਮ ਦਾ ਮਾਹੌਲ ਕ੍ਰੀਏਟ ਕੀਤਾ ਸੀ, ਉਹ 5 ਦੋਸ਼ੀ ਆਈਡੈਂਟੀਫਾਈ ਹੋ ਗਏ, ਉਹਨਾਂ 'ਚੋਂ 3 ਦੋਸ਼ੀ ਅਰੈਸਟ ਹੋ ਗਏ, ਬਾਕੀ 2 ਦੋਸ਼ੀ ਵੀ ਬਹੁਤ ਛੇਤੀ ਅਰੈਸਟ ਹੋ ਜਾਣਗੇ। ਮਾਨਯੋਗ DGP ਪੰਜਾਬ ਦੇ ਹਦਾਇਤਾਂ ਮੁਤਾਬਿਕ ਮੈਂ ਸਾਰੇ ਕ੍ਰਿਮੀਨਲ ਅਨਸਰਾਂ ਨੂੰ ਸਖ਼ਤ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਪਟਿਆਲੇ ਜ਼ਿਲ੍ਹੇ 'ਚ ਕਿਸੇ ਵੀ ਗੈਰ ਸਮਾਜਿਕ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੂੰ ਆੜੇ ਹੱਥੀ ਲੈ ਕੇ ਬਿਲਕੁਲ ਬਖਸ਼ਿਆ ਨਹੀਂ ਜਾਊਗਾ। ਪਟਿਆਲਾ ਪੁਲਿਸ ਰਿਕਾਰਡ ਟਾਈਮ 'ਚ ਹਰ ਵਾਰੀ ਕੇਸ ਸੁਲਝਾਉਂਦੀ ਰਹਿੰਦੀ ਹੈ ਅਤੇ ਇਸ ਵਾਰੀ ਵੀ ਜਿਨ੍ਹਾਂ ਮੁੰਡਿਆਂ ਨੇ ਦਹਿਸ਼ਤ ਕ੍ਰੀਏਟ ਕੀਤੀ ਸੀ ਉਹ 3 ਮੁੰਡੇ ਅਸੀਂ ਅਰੈਸਟ ਕਰ ਲਏ, ਬਾਕੀ 2 ਮੁੰਡਿਆਂ ਨੂੰ ਅਰੈਸਟ ਕਰਨ ਲਈ ਵੀ ਰੇਡਾਂ ਜਾਰੀ ਨੇ ਅਤੇ ਸਾਨੂੰ ਉਮੀਦ ਹੈ ਕਿ ਬਹੁਤ ਛੇਤੀ ਅਸੀਂ ਅਰੈਸਟ ਕਰ ਲਾਂਗੇ।
ਅਰਸ਼ ਡੱਲਾ ਗੈਂਗ ਨਾਲ ਇਹ ਲਿੰਕ 'ਚ ਸੀਗੇ ਅਤੇ ਪੁਰਾਣੇ ਇਹਨਾਂ 'ਤੇ ਅਪਰਾਧਿਕ ਮਾਮਲੇ ਕੋਈ ਦਰਜ ਨਹੀਂ ਹੈਗੇ, ਪਰ ਇਹਨਾਂ ਦੀ ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਕਈ ਵਾਰੀ ਇਹਨਾਂ ਨੇ ਇਹੋ ਜਿਹੀ ਜਿਹੜੀ ਸਹਿਮ ਭਰੀ ਵਾਰਦਾਤਾਂ ਨੇ ਇਹਨਾਂ ਨੂੰ ਹੋਰ ਜ਼ਿਲ੍ਹਿਆਂ 'ਚ ਵੀ ਅੰਜਾਮ ਦਿੱਤਾ ਸੀ। ਜ਼ਰੂਰ ਹੈ ਕਿ ਬੜੀ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹਨਾਂ ਦਾ ਰਿਮਾਂਡ ਹਾਸਿਲ ਕਰਕੇ ਅਤੇ ਇਹਨਾਂ ਦੇ ਰਹਿੰਦੇ ਦੋ ਦੋਸ਼ੀ ਵੀ ਅਰੈਸਟ ਕੀਤੇ ਜਾਣ। ਕਾਰਨ ਕੀ ਸੀ? ਦੇਖੋ, ਵੈਪਨ ਪ੍ਰੋਵਾਈਡ ਕਰਾਉਣੇ, ਕੋਈ ਨਾ ਕੋਈ ਟਾਰਗੇਟ ਦੇਣਾ, ਫਲਾਂ ਵਾਰਦਾਤ ਨੂੰ ਅੰਜਾਮ ਇਸ ਜ਼ਿਲ੍ਹੇ 'ਚ ਦਿਓ, ਫਲਾਂ ਨੂੰ ਇਸ ਜ਼ਿਲ੍ਹੇ 'ਚ, ਉਹ ਅਸੀਂ ਟੈਕਨੀਕਲੀ ਸਟੱਡੀ ਕਰ ਰਹੇ ਹਾਂ, ਸਾਰਾ ਤਫਤੀਸ਼ ਦਾ ਵਿਸ਼ਾ ਹੈ। ਕਿਤੇ ਨਾ ਕਿਤੇ ਇਹਨਾਂ ਦੀ ਤਾਰਾਂ ਜੁੜਦੀਆਂ ਨਜ਼ਰ ਆ ਰਹੀਆਂ। ਸਰ, ਪੀ ਜੀ ਦੇ ਵਿੱਚ ਰਹਿੰਦੇ ਸੀ, ਮਤਲਬ ਦੇਖੋ ਇਹਨਾਂ ਦੀ ਰਿਹਾਇਸ਼ ਬਾਰੇ ਅਸੀਂ ਅਜੇ ਹੋਰ ਡੂੰਘਾਈ ਨਾਲ ਪੜਤਾਲ ਕਰ ਰਹੇ ਹਾਂ। ਸਰ, ਫਾਇਰਿੰਗ ਕਰਨ ਵਾਲਾ ਕੌਣ ਸੀ ਉਹ ਸਾਰਾ ਅਜੇ ਇਨਵੈਸਟੀਗੇਟ ਕਰ ਰਹੇ ਹਾਂ, ਕਿਉਂਕਿ ਅਜੇ ਦੋ ਦੋਸ਼ੀ ਫੜਨੇ ਰਹਿੰਦੇ ਆ ਤੇ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਤਫਤੀਸ਼ ਦੀ ਸੀਕ੍ਰੇਸੀ ਜੇ ਬਾਹਰ ਨੂੰ ਆਈ ਤੇ ਉਹ ਦੋ ਦੋਸ਼ੀ ਅਲਰਟ ਹੋ ਕੇ ਕਿਤੇ ਸਲਿਪ ਹੋ ਜਾਣ। Subscribe to One India channel and never miss an update.